so friends you are most welcome in this video in this video i want to tell you about the some ji ke questions of the punjab history of ancient period if you don't subscribe my youtube channel then subscribe it for watching new study related or knowledgeable video so apna sab to pehla video nu start karde ha pehle question to the first question is from which language the punjab word derived ਕਿਹੜੀ ਲੈਂਗੁਏਜ ਤੋਂ ਪੰਜਾਬ ਸ਼ਬਦ ਲਿਆ ਗਿਆ ਹੈ ਇਸ ਦਾ ਆਨਸਰ ਹੈ ਜੀ ਪਰਸ਼ੀਅਨ ਲੈਂਗੁਏਜ ਪਰਸ਼ੀਅਨ ਲੈਂਗੁਏਜ ਤੋਂ ਭਾਵ ਹੈ ਫਾਰਸੀ ਭਾਸ਼ਾ ਨੰਬਰ 2 ਕੁਐਸਚਨ ਆ ਜਾਂਦਾ ਆਪਣੇ ਕੋਲੇ ਵਾਟ ਨੇਮ ਵਾਸ ਗਿਵਨ ਟੂ ਪੰਜਾਬ ਇਨ ਰਿਗਵੇਦਿਕ ਪੀਰੀਅਡ ਰਿਗਵੇਦਿਕ ਕਾਲ ਦੇ ਸਮੇਂ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਗਿਆ ਸੀ ਆਨਸਰ ਹੈ ਸप्त ਸਿੰਧੂ ਸੱਤ ਸਿੰਧੂ ਤੋਂ ਭਾਵ ਹੈ ਵਿਕਾਸ ਦਾ ਟਾਈਮ देयर ਵਾਸ ਸੈਵਨ ਰਿਵਰਸ ਫਲੋਇੰਗ ਉਸ ਸਮੇਂ ਪੰਜਾਬ ਵਿੱਚ ਸੱਤ ਨਦੀਆਂ ਵਹਿਦੀਆਂ ਸੀ ਨੰਬਰ 3 ਤੇ ਆਪਣੇ ਕੋਲ ਕੁਐਸਚਨ ਹੈ ਜੀ ਵਟ ਵਾਟ ਨੇਮ ਵਾਸ ਗਿਵਨ ਟੂ ਪੰਜਾਬ ਇਨ ਐਪਿਕਸ ਐਂਡ ਪੁਰਾਨਸ ਪੁਰਾਣਾ ਤੇ ਮਹਾਕਾਵਾਂ ਦੇ ਸਮੇਂ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਗਿਆ ਸੀ ਆਨਸਰ ਹੈ ਪੰਚਨਦ ਪੰਚਨਦ ਤੋਂ ਭਾਵ ਹੈ ਇਟ ਮੀਨਸ ਫਾਈਵ ਰਿਵਰਸ ਪੰਜ ਨਦੀਆਂ ਤੋਂ ਹੈ ਕੁਐਸਚਨ ਨੰਬਰ 4 ਹੈ ਜੀ ਵਟ ਮੀਨਸ ਫ੍ਰੋਮ ਸप्त सिंधु ਸप्त सिंधु ਤੋਂ ਕੀ ਭਾਵ ਹੈ ਇਟ ਮੀਨਸ ਸੈਵਨ ਰਿਵਰਸ ਸੱਤ ਨਦੀਆਂ ਤੋਂ ਹੈ ਇਸ ਤੋਂ ਭਾਵ ਸੱਤ ਨਦੀਆਂ ਕੁਐਸਚਨ ਨੰਬਰ 5 ਹੈ ਵਟ ਵਾਸ ਕਾਲਡ ਟੂ ਪੰਜਾਬ ਇਨ ਮੁਗਲ ਪੀਰੀਅਡ ਵਟ ਨੇਮ ਵਾਸ ਕਾਲਡ ਟੂ ਪੰਜਾਬ ਇਨ ਮੁਗਲ ਪੀਰੀਅਡ ਮੁਗਲ ਪੀਰੀਅਡ ਦੇ ਸਮੇਂ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਐਂਸਰ ਹੈ ਲਾਹੌਰ ਸੂਬਾ ਦੇ ਨਾਮ ਨਾਲ ਆਸੀਂ ਨੂੰ ਲਾਹੌਰ ਸਟੇਟ ਵੀ ਕਹਿੰਦੇ ਸੀ ਕਿਹਾ ਜਾਂਦਾ ਸੀ ਉਦੋਂ ਕੁਐਸਚਨ ਨੰਬਰ 6 ਹੈ 6 ਨੰਬਰ ਹੈ ਹਾਊ ਮਚ ਰਿਵਰਸ ਫਲੋ ਇਨ ਪੰਜਾਬ ਨਾਓ ਹੁਣ ਪੰਜਾਬ ਵਿੱਚ ਕਿੰਨੀਆਂ ਨਦੀਆਂ ਵਹਿੰਦੀਆਂ ਹਨ ਆਨਸਰ ਹੈ 3 ਨਦੀਸ 3 ਰਿਵਰਸ 7 ਕੁਐਸਚਨ ਨੰਬਰ 7 ਹੈ ਹੂ ਵਾਸ ਦੀ ਫਾਊਂਡਰ ਆਫ ਸਿੱਖism ਸਿੱਖism ਦੇ ਮੋਢੀ ਕੌਣ ਮੋਢੀ ਕੌਣ ਹਨ ਆਨਸਰ ਹੈ ਗੁਰੂ ਨਾਨਕ ਦੇਵ ਜੀ ਕਵੈਸਚਨ ਨੰਬਰ 8 ਹੂ ਰੋਟ ਜਪਜੀ ਸਾਹਿਬ ਕਿਸ ਨੇ ਲਿਖਿਆ ਸੀ ਅਨਸਰ ਹੈ ਗੁਰੂ ਨਾਨਕ ਦੇਵ ਜੀ ਕਵੈਸਚਨ ਨੰਬਰ 9 ਹੈ ਹੂ ਰੋਟ ਜਪ ਸਾਹਿਬ ਜਪ ਸਾਹਿਬ ਕਿਸ ਨੇ ਲਿਖਿਆ ਸੀ ਅਨਸਰ ਹੈ ਗੁਰੂ ਗੋਬਿੰਦ ਸਿੰਘ ਕਵੈਸਚਨ ਨੰਬਰ 10 ਹੂ ਰੋਟ ਅਨੰਦ ਸਾਹਿਬ ਅਨੰਦ ਸਾਹਿਬ ਕਿਸ ਨੇ ਲਿਖਿਆ ਸੀ ਅਨਸਰ ਹੈ ਗੁਰੂ ਅਮਰਦਾਸ ਜੀ ਕਵੈਸਚਨ ਨੰਬਰ 11 ਵਿਚ 3 ఆఫ్ ది 5 सिखिज्म तख्तस आरएन पंजाब ਕਿਹੜੇ ਤਿੰਨ ਤਖਤ ਪੰਜਾਬ ਵਿੱਚ ਹਨ ਸਿੱਖ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਆਨਸਰ ਹੈ ਅਕਾਲ ਤਖਤ ਸਾਹਿਬ ਨੰਬਰ 2 ਅਨੰਦਪੁਰ ਸਾਹਿਬ ਅਤੇ ਦਮਦਮਾ ਸਾਹਿਬ ਕੁਐਸਚਨ ਨੰਬਰ 12 ਸਿੱਖ ਹੈਰੀਟੇਜ ਕੰਪਲੈਕਸ ਵਿਰਾਸਤੇ ਖਾਲਸਾ ਇਜ਼ ਡਵੈਲਪਡ ਐਟ ਕਿੱਥੇ ਹੈ ਵਿਰਾਸਤੇ ਖਾਲਸਾ ਕਿੱਥੇ ਬਣਾਇਆ ਗਿਆ ਸੀ ਅਨਸਰ ਹੈ ਅਨੰਦਪੁਰ ਸਾਹਿਬ ਕੁਐਸਚਨ ਨੰਬਰ 13 ਹਾਊ many ਸਿੱਖ ਤਖਤਸ ਆਰ देयर ਕਿੰਨੇ ਸਿੱਖ ਤਖਤ ਸਨ ਕਿੰਨੇ ਸਿੱਖ ਤਖਤ ਹਨ ਅਨਸਰ ਹੈ 5 ਸਿੱਖ ਤਖਤ ਹਨ ਕੁਐਸਚਨ ਨੰਬਰ 14 ਵੈਨ ਗੁਰੂ ਨਾਨਕ ਦੇਵ ਜੀ ਬਾਸ ਵਰਨ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਅਨਸਰ ਹੈ 15 April 1469 15 April 1469 ਈਸਵੀ ਨੂੰ ਕਵੈਸਚਨ ਨੰਬਰ 15 ਗੁਰੂ ਕਾ ਲੰਗਰ ਵਾਸ ਸਟਾਰਟਡ ਬਾਈ ਗੁਰੂ ਕਾ ਲੰਗਰ ਕਿਹਦੇ ਦੁਆਰਾ ਚਲਾਇਆ ਗਿਆ ਸੀ ਅਨਸਰ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਕਵੈਸਚਨ ਨੰਬਰ 16 ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਵਾਸ ਬੌਰਨ ਐਟ ਨਨਕਾਣਾ ਸਾਹਿਬ ਵੇਅਰ ਐਜ਼ ਬਰੇਥਰਡ ਹਿਸ ਲਾਸਟ ਇਨ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਵਿੱਚ ਹੋਇਆ ਪਰ ਉਹਨਾਂ ਨੇ ਆਪਣੇ ਆਖਰੀ ਸਮਾ ਪਵਜੋਤੀ ਜੋਤ ਕਿੱਥੇ ਸਮਾਇਆ ਅਨਸਰ ਹੈ ਕਰਤਾਰਪੁਰ ਸਾਹਿਬ ਨੋ ਇਜ਼ ਇਨ ਪਾਕਿਸਤਾਨ ਕੁਐਸਚਨ ਨੰਬਰ 17 ਹੈ ਹਾਊ many ਉਦਾਸੀਜ਼ ਵਰ ਟੇਕਨ ਅਪ ਬਾਇ ਗੁਰੂ ਨਾਨਕ ਦੇਵ ਜੀ ਕਿੰਨੀਆਂ ਉਦਾਸੀਜ਼ ਕੀਤੀਆਂ ਗਈਆਂ ਗੁਰੂ ਨਾਨਕ ਦੇਵ ਜੀ ਦੁਆਰਾ ਅਨਸਰ ਹੈ 4 ਉਦਾਸੀਜ਼ ਕੁਐਸਚਨ ਨੰਬਰ 18 ਹੂ ਰੋਟ ਲਾਮਾ ਦਾ ਹਿਆਮਸ ਆਫ ਮੈਰਿਜ ਲਾਮਾ ਦਾ ਪਾਠ ਕਿਸ ਨੇ ਲਿਖਿਆ ਸੀ ਆਨਸਰ ਹੈ ਗੁਰੂ ਰਾਮਦਾਸ ਜੀ ਕੁਐਸਚਨ ਨੰਬਰ 19 ਹੂ ਰੋਟ ਕੀਰਤਨ ਸੋਹਿਲਾ ਕੀਰਤਨ ਸੋਹਿਲਾ ਕਿਸ ਦੁਆਰਾ ਲਿਖਿਆ ਗਿਆ ਸੀ ਆਨਸਰ ਹੈ ਗੁਰੂ ਨਾਨਕ ਦੇਵ ਜੀ ਕੁਐਸਚਨ ਨੰਬਰ 20 ਹੂ ਵਾਸ ਦੀ ਫਾਦਰ ਐਂਡ ਮਦਰ ਆਫ ਗੁਰੂ ਨਾਨਕ ਦੇਵ ਜੀ ਆਨਸਰ ਹੈ ਮਹਿਤਾ ਕਾਲੂ ਵਾਸ ਦੀ ਫਾਦਰ ਐਂਡ ਤ੍ਰਿਪਤਾ ਦੇਵੀ ਵਾਸ ਮਦਰ ऑफ गुरु नानक देव जी क्वेश्चन नंबर ट्वेंटी वन हू वाज सिस्टर ऑफ गुरु नानक देव जी आंसर बीबी नानकी जी क्वेश्चन नंबर ट्वेंटी टू हू वाज वाइफ ऑफ गुरु नानक देव जी आंसर है सुलखनी देवी जी क्वेश्चन नंबर ट्वेंटी थ्री ਵਿਚ ਗੁਰੂ ਗਿਵ ਦਾ ਗਿਵ ਦਾ ਥਰੀ ਪਿਲਰਸ ਆਫ 휴ਮੈਨਿਟੀ ਨਾਮ ਜਪੋ ਕੀਰਤ ਕਰੋ ਐਂਡ ਵੰਡ ਛਕੋ ਕਿਹੜੇ ਗੁਰੂ ਦੁਆਰਾ ਇਹ ਤਿੰਨ ਗੁਣ ਜਿਹੜੇ ਤਿੰਨ ਮਨੁੱਖ ਨੂੰ ਦਿੱਤੇ ਗਏ ਸੀਗੇ ਆਨਸਰ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਕੁਐਸਚਨ ਨੰਬਰ 24 ਵੇਅਰ ਡਿਡ ਗੁਰੂ ਨਾਨਕ ਦੇਵ ਜੀ ਅਟੇਨ ਅਨਲਾਈਟਮੈਂਟ ਗੁਰੂ ਨਾਨਕ ਦੇਵ ਜੀ ਨੂੰ ਬਿਆਨ ਦੀ ਪ੍ਰਾਪਤੀ ਕਿੱਥੇ ਪ੍ਰਾਪਤ ਹੋਈ ਅਨਸਰ ਹੈ ਬੇ ਨਦੀ ਰਿਵਰ ਵੇਨ ਕੁਐਸਚਨ ਨੰਬਰ 25 ਹੂ ਰੋਟ ਗੁਰੂ ਨਾਨਕ ਦੇਵ ਜੀ ਬਾਇਓਗ੍ਰਾਫੀ ਕੰਪਾਈਲਡ ਬਾ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਬਾਇਓਗ੍ਰਾਫੀ ਗੁਰੂ ਅੰਗਦ ਦੇਵ ਜੀ ਦੁਆਰਾ ਲਿਖਵਾਈ ਗਈ ਸੀ ਤੇ ਉਹ ਕਿਸ ਨੇ ਲਿਖੀ ਸੀ ਅਨਸਰ ਹੈ ਭਾਈ ਬਾਲਾ ਜੀ ਕੁਐਸਚਨ ਨੰਬਰ 26 ओरिजिनल नेम ऑफ गुरु अंगद देव जी व्हाट वाज ओरिजिनल नेम ऑफ गुरु अंगद देव जी आंसर है भाई लेना जी क्वेश्चन नंबर 27 व्हिच सिटी वाज फाउंडेड बाय गुरु अंगद देव जी गुरु अंगद देव जी द्वारा केडी केडा शहर बसाया गया आंसर है खडूर साहिब क्वेश्चन नंबर 28 हु इन्वेंटेड गुरुमुखी स्क्रिप्ट ਗੁਰਮੁਖੀ ਲਿਪੀ ਕਿਹਦੇ ਦੁਆਰਾ ਬਣਾਈ ਗਈ ਕਿਹਦੇ ਦੁਆਰਾ ਲੱਭੀ ਗਈ ਆਨਸਰ ਹੈ ਗੁਰੂ ਅੰਗਦ ਦੇਵ ਜੀ ਕੁਐਸਚਨ ਨੰਬਰ 29 ਦਾ ਸਟੈਂਡਰਡਾਈਜੇਸ਼ਨ ਆਫ ਗੁਰਮੁਖੀ ਵਾਸ ਡਨ ਬਾਈ ਗੁਰਮੁਖੀ ਲਿਪੀ ਦਾ ਜਿਹੜਾ ਹੁਣ ਸੁਧਰਿਆ ਹੋਇਆ ਰੂਪ ਹੈ ਕਿਹਦੇ ਦੁਆਰਾ ਬਣਾਇਆ ਗਿਆ ਸੀ ਆਨਸਰ ਹੈ ਗੁਰੂ ਅੰਗਦ ਦੇਵ ਜੀ ਦੁਆਰਾ ਕੁਐਸਚਨ ਨੰਬਰ 30 ਹੂ ਕੰਸਟਰਕਟਡ ਦਾ ਸਿਟੀ ਗੋਇੰਦਵਾਲ गोवेंदवाल सिटी की द्वारा बनाई गई आंसर है गुरु अमरदास जी इन दिस वीडियो वी सी थर्टी क्वेश्चन ऑफ जी पंजाब जी के हिस्ट्री रिलेटेड टू एंशियंट पीरियड थैंक्स फॉर वाचिंग माई वीडियो एंड प्लीज शेयर और सब्सक्राइब माई यू